हेल्ह रुकमान वहीम समेस्टर सत्तव कोर्स स्टार्टलें तहकीक तहकीक ते दे ते असूल असी तहकीक दे ते मरहल के तरीकाकार पढ़ रहे सी। पहले असी जरा मरहला शुरू किया मौजू टॉपिक सी अगला साढ़ा मरहला है मौजूद के चुनाव तो बाद जो मरहला आता है वो हों ਰਹਿਨੁਮਾ ਜਾਂ ਨਿਗਰਾਨ ਦਾ ਚੋਣ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਪਹਿਲੇ ਨਿਗਰਾਨ ਚੁਣ ਲਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਹਦੀ ਬاہਮੀ مشاورਤ ਨਾਲ ਮੌਜੂਦਾ ਚੋਣ ਕੀਤਾ ਜਾਂਦਾ ਹੈ ਤੇ ਇੰਜ ਵੀ ਕਈ ਵਾਰੀ ਕੀਤਾ ਜਾ ਸਕਦਾ ਹੈ ਕਿ ਪਹਿਲੇ ਮੌਜੂ ਚੁਣ ਲਿੱਤਾ ਜਾਵੇ ਫਿਰ ਉਹਦੇ ਹਿਸਾਬ ਨਾਲ ਨਿਗਰਾਨ منتخب ਕੀਤਾ ਜਾਵੇ ਅੱਜ ਅਸੀਂ ਨਿਗਰਾਨ ਬਾਰੇ ਪੜ੍ਹਾਂਗੇ ਨਿਗਰਾਨ ਨੂੰ ਰਹਿਨੁਮਾ ਐਡਵਾਈਜ਼ਰ ਤੇ ਸੁਪਰਵਾਈਜ਼ਰ ਵੀ ਆਖਿਆ ਜਾਂਦਾ ਹੈ ਰਸਤਾ ਵਖਾਣ ਵਾਲੇ ਨੂੰ ਰਹਿਨੁਮਾ ਜਾਂ ਨਿਗਰਾਨ ਆਖਿਆ ਜਾਂਦਾ ਹੈ ਹਮੇਸ਼ਾ ਤੋਂ ਰਸਤਾ ਉਹੀ ਵਖਾੰਦਾ ਏ ਜਿਹੜਾ ਆਪ ਰਸਤੇ ਦਾ ਚੰਗੀ ਤਰ੍ਹਾਂ ਜਾਨੂ ਹੋਏਗਾ ਉਹ ਬੰਦਾ ਜਿਹੜਾ ਰਾਹ ਜਾਣਦਾ ਹੋਏਗਾ ਉਹੀ ਦੂਜੇ ਬੰਦੇ ਨੂੰ ਰਾਹੇ ਪਾ ਸਕਦਾ ਹੈ ਜਿਹੜਾ ਬੰਦਾ ਆਪ ਹੀ ਨਹੀਂ ਰਾਹ ਜਾਣਦਾ ਆਪ ਹੀ ਨਹੀਂ ਰਸਤਾ ਜਾਣਦਾ ਹੋਵੇਗਾ ਉਹ ਕਦੀ ਵੀ ਕਿਸੇ ਨੂੰ ਸਹੀ ਰਸਤੇ ਤੇ ਨਹੀਂ ਟੋੜ ਸਕਦਾ ਜੇ ਰਹਿਨਮਾ ਰਸਤੇ ਦਾ ਜਾਨੂ ਨਹੀਂ ਹੋਵੇਗਾ ਤੇ ਉਹ ਮੁਹੱਕਿਕ ਨੂੰ ਤਹਿਕੀਕ ਕਰਨ ਵਾਲ ਨੂੰ ਕੁਰਾਹੇ ਪਾ ਦੇਗਾ ਤਹਿਕੀਕੀ ਅਮੂਰ ਤੇ ਤਹਿਕੀਕੀ ਕੰਮਾਂ ਦੀ ਰਹਿਨਮਾਈ ਕਰਨ ਵਾਲੇ ਨੂੰ ਰਹਿਨਮਾ ਸੁਪਰਵਾਈਜ਼ਰ ਜਾਂ ਨਿਗਰਾਨ ਆਖਦੇ ਨੇ ਅਜਿਹੇ ਪੀ ਦੇ ਤਰੀਕਤ ਯਾਨੀ ਨਿਗਰਾਨ ਵਿੱਚ ਬਿਹਤਰੀਨ ਤਹਕੀਕ ਦੀਆਂ ਸਾਰੀਆਂ ਖੂਬੀਆਂ ਤੇ ਵਸ ਦਾ ਮੌਜੂਦ ਹੋਣਾ ਜ਼ਰੂਰੀ ਹੈ ਇੱਕ ਚੰਗਾ ਨਿਗਰਾਨ ਕਿਹੜਾ ਹੁੰਦਾ ਹੈ ਉਹਦੇ ਵਿੱਚ ਕੁਝ ਖੂਬੀਆਂ ਦਾ ਹੋਣਾ ਜ਼ਰੂਰੀ ਹੈ ਉਹ ਖੂਬੀਆਂ ਐਨੇ ਕਿ ਨਿਗਰਾਨ ਦਾ ਨਿਗਰਾਨ ਦਾ ਮਜ਼ਾਜ ਤਹਕੀਕੀ ਹੋਣਾ ਚਾਹੀਦਾ ਹੈ ਇਹਦੇ ਨਾਲ ਨਾਲ تنਕੀਦੀ ਵੀ ਯਾਨੀ ਨਿਗਰਾਨ ਵਿੱਚ ਐ ਖੂਬੀ ਹੋਵੇ ਕਿ ਉਹ ਤਹਿਕੀਕ ਕਰਨ ਦੀ ਜਿਹੜੀ ਇਹ ਕੋਸ਼ਿਸ਼ ਕਰਦਾ ਹੋਵੇ ਤਹਿਕੀਕ ਕਰਦਾ ਰਹਿੰਦਾ ਹੋਵੇ ਤੇ ਤਹਿਕੀਕੀ ਮਜ਼ਾਜ ਹੋਵੇ ਉਹ ਤਹਿਕੀਕ ਕਰਨ ਨੂੰ ਕਿਸੇ ਕਿਸਮ ਦਾ ਬੋਝ ਨਾ ਮਹਿਸੂਸ ਕਰਦਾ ਹੋਵੇ ਤੇ تنਕੀਦ ਦੀ ਮਜ਼ਾਜ ਵੀ ਹੋਵੇ ਯਾਨੀ ਤਹਿਕੀਕ ਕਰੇ ਚੀਜ਼ਾਂ ਨੂੰ ਖੋਜੇ ਲੱਭੇ ਬਹੁਤ ਸਾਰੀਆਂ ਚੀਜ਼ਾਂ ਤੋਂ ਬੇਅਕਵਰ ਬੇਹਤਰੀਨ ਜਿਹੜਾ ਮੁਸਵਦਾ ਹੁੰਦਾ ਹੈ ਬੇਹਤਰੀਨ ਮਤਨ ਦੀ ਭਾਲ ਕਰਨਾ ਤਨਕੀਦੀ ਮਜ਼ਾਜ ਅਖਵਾਉਂਦਾ ਹੈ ਐਸੇ ਲਈ ਇੱਕ ਚੰਗੇ ਰਹਿਨਮਾ ਨਿਗਰਾਨ ਵਿੱਚ ਤਹਿਕੀਕੀ ਮਿਜ਼ਾਜ ਦੇ ਨਾਲ ਨਾਲ ਤਨਕੀਦੀ ਮਿਜ਼ਾਜ ਵੀ ਹੋਣਾ ਚਾਹੀਦਾ ਉਹਨੂੰ ਪਤਾ ਹੋਏ ਕਿ ਬਹੁਤ ਸਾਰੇ ਮਤਨਾਂ ਵਿੱਚੋਂ ਕੋਈ ਇੱਕ ਮਤਨ ਜਾਂ ਕਿਸੇ ਇੱਕ ਮਤਨ ਨੂੰ ਕਿਸ ਤਰ੍ਹਾਂ ਮੁੰਤਖਬ ਕੀਤਾ ਜਾਂਦਾ ਹੈ ਕਿਸੇ ਵੀ ਅਦਬ ਬਾਰੇ ਦੀ ਖੂਬੀਆਂ ਖਾਮੀਆਂ ਕੱਢ ਕੇ ਉਹਨਾਂ ਨੂੰ ਇੱਕ ਪਾਸੇ ਰੱਖਿਆ ਜਾਏ ਅਤੇ ਅਦਬ ਵਿੱਚ ਜਿਹੜੀ ਜਿਹੜੀ ਲਿਖਾਤ ਹੈ ਉਹਦਾ ਕਿਸ ਤਰ੍ਹਾਂ ਮਕਾਮ ਤੈਅਨ ਕਰਨਾ ਹੈ ਐਸਾਰੀਆਂ ਖੂਬੀਆਂ ਜਿਹੜੀਆਂ ਨੇ ਇਹ تنਕیدی ਤੇ تحقیਕੀ ਮਜਾਜ ਰੱਖਣ ਵਾਲੇ ਇੱਕ ਨਿਗਰਾਨ ਵਿੱਚ ਹੁੰਦੀਆਂ ਨੇ ਇਸ ਲਈ ਨਿਗਰਾਨ ਦਾ ਮਜਾਜ تحقیਕੀ ਤੇ تنਕیدی ਹੋਣਾ ਚਾਹੀਦਾ ਹੈ ਉਹ ਵਕਤ ਦੇ ਮناسب استعمال ਦਾ ਜਾਨੂ ਹੋਵੇ ਉਹਨੂੰ ਪਤਾ ਹੋਵੇ ਕਿ ਇੱਕ ਮੁਹقق ਕੋਲ ਕਿੰਨਾ ਵਕਤ ਤੇ ਉਸੇ ਮناسبਤ ਨਾਲ ਉਹ ਉਹਦੇ ਜਿਹੜਾ ਟਾਪਿਕ ਹੈ ਜਦੇ ਉੱਤੇ ਉਹਨੇ ਤਹਿਕੀਕ ਕਰਨੀ ਹੈ ਮੁਹੱਕਕ ਨੇ ਉਹਦੇ ਵਕਤ ਨੂੰ ਤਕਸੀਮ ਕਰੇ ਫਰਾਖ ਦਿਲ ਹੋਏ ਯਾਨੀ ਖੁੱਲੇ ਦਿਲ ਨਾਲ ਜੇਰਾ ਮੁਹੱਕਕੇ ਉਹਦੀ ਗੱਲ ਨੂੰ ਸੁਨੇ ਉਹਦੀ ਗੱਲ ਨੂੰ ਤਸلیم ਕਰਨ ਵਾਲੀ ਤੇ ਤਸلیم ਵੀ ਕਰੇ ਐਸੇ ਵਾਲੇ ਨਾਲ ਉਹਦਾ ਦਿਲ ਖੁੱਲਾ ਹੋਣਾ ਚਾਹੀਦਾ ਹੈ ਯਾਨੀ ਫਰਾਖ ਹੋਣਾ ਚਾਹੀਦਾ ਵਸੀ ਤਾਲਬ ਇਲਮ ਦੇ ਉਨਵਾਨ ਤੋਂ ਫਾਇਦਾ ਨਾ ਚੁਕੇ ਐਸਾ ਰਹਿਨੁਮਾ ਕਦੀ ਵੀ ਨਹੀਂ ਹੋਣਾ ਚਾਹੀਦਾ ਜਿਹੜਾ ਆਪਣੇ ਮੁਹੱਕਕ ਆਪਣਾ ਜਿਹੜਾ ਤਾਲਬ ਇਲਮ ਹੈ ਜਿਹਨੂੰ ਉਹ ਤਹਿਕੀਕ ਕਰਵਾ ਰਿਹਾ ਹੈ ਮਦਦ ਕਰ ਰਿਹਾ ਹੈ ਉਹ ਉਹਦੇ ਮੌਜੂ ਤੋਂ ਲਾਭ ਚੁੱਕ ਲੇ ਉਸ ਦੇ ਮੌਜੂ ਨੂੰ ਯਾਨੀ ਤਹਿਕੀਕ ਦਾ ਕੰਮ ਹੋ ਗਿਆ ਹੈ ਜਾਂ ਤਹਿਕੀਕ ਦਾ ਕੰਮ ਹੋ ਰਿਹਾ ਹੈ ਤੇ ਉਸ ਦੇ ਮੌਜੂ ਤੋਂ ਆਪਣਾ ਫਾਇਦਾ ਚੁੱਕ ਕੇ ਜਾਂ ਉਸ ਦੇ ਮੌਜੂ ਨੂੰ ਆਪਣੇ ਨਾਂ ਨਾਲ ਛਾਇਆ ਕਰ ਦੇ ਇਸ ਕਿਸਮ ਦੀ ਜਿਹੜੀ ਇਹ ਖਾਮੀ ਨਾ ਹੋਵੇ ਇੱਕ ਚੰਗੇ ਰਹਿਨਮਾ ਵਿੱਚ ਤਾਲਿਬ ilm ਦੇ ਇਖਤਲਾਫ ਰਾਏ ਨੂੰ ਬਰਦਾਸ਼ਤ ਕਰ ਸਕੇ ਯਾਨੀ ਕੋਈ ਕਦੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਰਹਿਨਮਾ ਤੇ ਮੁਹੱਕਕ ਦੇ ਦਰਮਿਆਨ ਕਿਸੇ ਵੀ ਗੱਲ ਦੇ ਵਿੱਚ ਇਖਤਲਾਫ ਹੋ ਸਕਦਾ ਹੈ ਤੇ ਇੱਕ ਚੰਗਾ ਰਹਿਨਮਾ ਉਹ ਹੀ ਹੋਵੇਗਾ ਜਿਹੜਾ ਆਪਣੇ ਤਾਲਿਬ ilm ਦੇ ਇਖਤਲਾਫਾਂ ਨੂੰ تسلیم ਕਰੇਗਾ ਉਹਨਾਂ ਨੂੰ ਬਰਦਾਸ਼ਤ ਕਰੇਗਾ ਉਹਨਾਂ ਨੂੰ ਅਨਾਦਾ ਮਸਲਾ ਨਹੀਂ ਬਣਾਏਗਾ ਬਿਹਤਰੀਨ ਰਹਿਬਰ ਹੋਵੇ ਤਹਕੀਕੀ ਹਾਕਾ ਨਗਾਰੀ ਦਾ ਜਾਨੋ ਹੋਵੇ ਉਹਨੂੰ ਪਤਾ ਹੋਵੇ ਕਿ ਤਹਕੀਕਾ ਜਦੋਂ ਕੰਮ ਕੀਤਾ ਜਾ ਰਿਹਾ ਹੈ ਇਹਦੀ ਹਾਕਾ ਨਗਾਰੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਹਾਕਾ ਨਗਾਰੀ ਦੇ ਕੀ ਅਸੂਲ ਨੇ ਇੱਕ ਚੰਗੇ ਰਹਿਨੁਮਾਨ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਉਹਦਾ ਅੰਦਾਜ਼ ਦੋਸਤਾਨਾ ਹੋਵੇ ਯਾਨੀ ਔਰ ਫ੍ਰੈਂਕਲੀ ਦੋਸਤੀ ਨਾਲ ਗੱਲ ਕਰੇ ਦੋਸਤਾਨਾ ਉਹਦਾ ਅੰਦਾਜ਼ ਹੋਵੇ ਉਹ ਆਰਾਮ ਨਾਲ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰੇ ਫ੍ਰੈਂਕਲੀ ਮਾਹੌਲ ਪੈਦਾ ਕਰੇ ਕਿ ਤਾਲਬ ਇਲਮ ਬਗੈਰ ਕਿਸੇ ਹੈਜ਼ਿਟੇਸ਼ਨ ਤੋਂ ਬਗੈਰ ਕਿਸੇ ਕਿਸਮ ਦੀ ਹਿਚਕਚਾਹ ਡਰ ਖੋਫ ਤੋਂ ਆਪਣੀ ਜਿਹੜੀ ਆਪਣੇ ਇਖਲਾਫਾਤ ਨੇ ਜਾਂ ਆਪਣੀ ਕੋਈ ਰਾਏ ਹੈ ਜਾਂ ਆਪਣੀ ਕੋਈ ਸੋਚ ਹੈ ਉਹਨੂੰ ਆਪਣੇ ਰਹਿਨੁਮਾਨ ਨਾਲ ਡਿਸਕਸ ਕਰ ਸਕੇ ਫਨੇ ਕਿਤਾਬੀਅਤ ਤੋਂ ਆਕਫੀਤ ਹੋਣੀ ਚਾਹੀਦੀ ਯਾਨੀ ਐ ਉਹ ਉਸੂਲ ਨੇ ਜਿਹੜੇ ਤਹਿਕੀਕ ਦੇ ਕੰਮ ਵਿੱਚ ਹਰ ਮੁਹੱਕਿਕ ਨੂੰ ਕਾਮ ਆਉਂਦੇ ਨੇ ਹਰ ਮੁਹੱਕਿਕ ਦਾ ਇਹ ਨਾ ਚੀਜ਼ਾਂ ਨਾਲ ਵਾਹ ਪੈਂਦਾ ਹੈ ਯਾਨੀ ਹਰ ਮੁਹੱਕਿਕ ਨੇ ਜਦੋਂ تحقیق ਦਾ ਕੰਮ ਕਰਨਾ ਉਹਨੂੰ ਹਾਕਾ ਨਗਾਰੀ ਵੀ ਆਣੀ ਚਾਹੀਦੀ ਏ ਉਹਨੂੰ ਕਿਤਾਬੀਆ ਤੋਂ ਉਹਨੂੰ ਹਵਾਲਾ ਨਿਗਾਹੀ ਇਹ ਸਾਰੀ ਚੀਜ਼ਾਂ ਆਣੀ ਚਾਹੀਦੀ ਯਾਨੀ ਇਸ ਲਈ ਰਹਿਨਮਾ ਨੂੰ ਇਹਨਾਂ ਬਾਰੇ ਚੰਗੀ ਤਰ੍ਹਾਂ ਵਾਕਫ ਹੋਣੀ ਚਾਹੀਦੀ ਉਹਨਾਂ ਨੇ ਤਰੀਕਿਆਂ ਬਾਰੇ ਵਾਕਫ ਹੋਣੀ ਚਾਹੀਦੀ ਏ ਕਿ ਕਿਤਾਬੀਆ ਉਸਤੇ ਕਿਰੇ ਕਿਰੇ ਤਰੀਕੇ ਵਧਦੇ ਜਾਂਦੇ ਨੇ ਤੇ ਉਹ ਤਰੀਕਾ ਕਰ ਕੀ ਨੇ ਇੱਕ ਬਿਹਤਰੀਨ ਮਸ਼ੀਰ ਹੋਵੇ ਮਜ਼ਾਜ ਨਾਲ ਹਮ ਆਹੰਗੀ ਹੋਵੇ ਉਹੀ ਫਰੈਂਕਲੀ ਜਿਹੜਾ ਅੰਦਾਜ਼ ਹੈ ਉਹ ਹੋਣਾ ਚਾਹੀਦਾ ਹੈ ਰਹਿਨਮਾ ਨੂੰ ਇਲਮ ਹੋਵੇ ਕਿ ਉਹ ਰਹਿਨਮਾਏ ਇਮਲਾ ਦੀਆਂ ਗਲਤੀਆਂ ਕੱਢਣ ਵਾਲਾ ਨਹੀਂ ਸਖਤ ਕੋਸ਼ਿਸ਼ ਕਰਨ ਵਾਲੇ ਹੋਏ ਯਾਨੀ ਜਦੋਂ ਤੱਕ ਰਹਿਨਮਾ ਆਪ ਕੋਸ਼ਿਸ਼ ਕਰਨ ਵਾਲਾ ਨਹੀਂ ਹੋਏਗਾ ਉਹ ਕਦੀ ਵੀ ਤਾਲਬ ਇਲਮ ਨੂੰ ਕਿਸੇ ਕੰਮ ਵਿੱਚ ਉਕਸਾ ਨਹੀਂ ਸਕਦਾ ਕਿਸੇ ਕੰਮ ਕਰਨ ਵੱਲ ਰਾਗਬ ਨਹੀਂ ਕਰ ਸਕਦਾ ਐਸੇ ਲਈ ਮੁਹੱਕਕ ਲਈ ਜਦੋਂ ਨੇ ਤਹਿਕੀਕ ਕਰਨੀ ਹੈ ਜ਼ਰੂਰੀ ਹੈ ਕਿ ਉਹਦਾ ਜਿਹੜਾ ਰਹਿਨਮਾਏ ਉਹਦੇ ਅੰਦਰ ਆਪ ਵੀ ਸਖਤ ਮਿਹਨਤ ਸਖਤ ਕੋਸ਼ਿਸ਼ ਕਰਨ ਦੀ ਇੱਕ ਖਾਸੀਅਤ ਹੋਣੀ ਚਾਹੀਦੀ ਉਹਦਾ ਮਤਾਲਿਆ ਵਸਤੀ ਹੋਣਾ ਚਾਹੀਦਾ ਉਹ ਮਤਾਲਿਆ ਕਰਨ ਦਾ ਉਹਨੂੰ ਸ਼ੌਕ ਹੋਣਾ ਚਾਹੀਦਾ ਹੈ ਨਤੀਜੇ ਤੇ ਕਰਸਾਈ ਹਾਸਲ ਕਰਨ ਵਿੱਚ ਉਹ ਰਹਿਨਮਾਈ ਕਰਦਾ ਰਹੇ ਆਪਣੇ ਮੁਹੱਕਕ ਦੀ ਯਾਨੀ ਇੱਕ ਚੰਗਾ ਰਹਿਨਮਾ ਉਹ ਹੀ ਹੈ ਜਿਹੜਾ ਸ਼ੁਰੂ ਤੋਂ ਲੈ ਕੇ ਜਦੋਂ ਤੱਕ ਇੱਕੀਂ ਦਾ ਕੰਮ ਖਤਮ ਨਹੀਂ ਹੋ ਜਾਂਦਾ ਨਤੀਜਾ ਖਸ ਨਹੀਂ ਹੋ ਜਾਂਦਾ ਉਹ ਤਿੱਕਰ ਮੁਕੰਮਲ ਤੌਰ ਤੇ ਆਪਣੇ তালেਬ ﺍﻟमदी ਰਹਿਨਮਾਈ ਕਰੇ